उत्तरी भारत के प्रसिद्ध SPS हस्पताल विखे MD जय सिंह संधू के दिशा निर्देश तहत विश्वंग दान दिवस मनाया गया। इस मौके पर करवाई प्रेस कॉन्फ्रेंस विच डॉक्टर RSS भाटिया, डॉक्टर जसविंदर संधू, डॉक्टर वरुण मित्तल ते डॉक्टर पुनीत चोपड़ा ने भाग लिया। उन्होंने दस्या मरण तो बाद अंग दान करके अनेक जिंदगियां बचाईया जा सकदियां ने। इस मौके पर इस हस्पताल विचों किडनी ट्रांसप्लांट करवा के आराम की जिंदगी बतीत कर रहे मरीजा ने ਡਾਕਟਰਾਂ ਦਾ ਧੰਨਵਾਦ ਕੀਤਾ। ਹਾਂਜੀ, ਆਪਣਾ ਨਾਮ ਜੀ? ਮੇਰਾ ਨਾਮ ਗੋਪਾਲ ਸ਼ੰਕਰ। ਕਿੱਥੋਂ ਆਏ ਹੋ? ਹੁਸ਼ਿਆਰਪੁਰ ਜੀ। ਤੁਹਾਡਾ ਕਦੋਂ ਤੁਹਾਨੂੰ ਪਰੇਸ਼ਾਨੀ ਆਈ ਸੀ? ਪਹਿਲਾਂ ਪਰੇਸ਼ਾਨੀ ਆਈ ਸੀ ਪਤਾ ਕਿ ਬ੍ਰੇਨ ਹੈਮਰੇਜ ਹੋਇਆ ਜੀ। ਇੰਨੀ ਅਸੀਂ ਇੱਕ ਵਾਲਾ ਸੀ ਦਿਖਾਇਆ, ਉਹ ਕਹਿੰਦੇ ਇਹਦੇ ਕਰਕੇ ਹੋਇਆ ਸੀ ਬ੍ਰੇਨ ਹੈਮਰੇਜ, ਜਿਹਦੇ ਉਹਨਾਂ ਨੇ ਦੱਸਿਆ ਟ੍ਰਾਂਸਪਲਾਂਟ ਜ਼ਰੂਰੀ ਸੀ। ਨੀਰੋ ICU ਕੰਮ ਕਰਦਾ। ਅੱਜ ਅਸੀਂ ਆਰਗਨ ਡੋਨੇਸ਼ਨ ਦੀ ਅਵੇਅਰਨੈਸ ਰੇਜ਼ ਕਰ ਰਹੇ ਹਾਂ। ਆਰਗਨ ਡੋਨੇਸ਼ਨ ਦੋ ਤਰੀਕੇ ਨਾਲ ਹੁੰਦੀ ਹੈ। ਇੱਕ ਤਾਂ ਲਾਈਵ ਡੋਨਰ ਹੁੰਦਾ ਕਿ ਆਪਾਂ ਨਜ਼ਦੀਕ ਦੇ ਰਿਸ਼ਤੇਦਾਰ ਦਾ ਆਰਗਨ ਟ੍ਰਾਂਸਪਲਾਂਟ ਕਰਦੇ ਹਾਂ, ਜੋ ਕਿ ਕਿਡਨੀ ਟ੍ਰਾਂਸਪਲਾਂਟ ਵਿੱਚ ਹੁੰਦਾ ਅਤੇ ਲਿਵਰ ਟ੍ਰਾਂਸਪਲਾਂਟ ਵਿੱਚ ਹੁੰਦਾ। ਪਰ ਕਿਉਂਕਿ ਗੈਪ ਬਹੁਤ ਜ਼ਿਆਦਾ ਹੈ ਆਰਗਨ ਰਿਕੁਆਇਰਮੈਂਟ ਹੀ ਅਤੇ ਆਰਗਨ ਅਵੇਲੇਬਿਲਟੀ, ਤਾਂ ਇੱਕ ਕੈਡਾਵਰਿਕ ਆਰਗਨ ਟ੍ਰਾਂਸਪਲਾਂਟ ਵੀ ਹੁੰਦਾ, ਉਹ ਆਪਾਂ ਬ੍ਰੇਨ ਡੈਡ ਪੇਸ਼ੈਂਟਸ ਦਾ ਹੁੰਦਾ। ਜਦ ਪੇਸ਼ੈਂਟ ਬ੍ਰੇਨ ਡੈਡ ਹੋ ਜਾਂਦਾ ਤਾਂ ਉਸਦੇ ਅੰਗ ਆਪਾਂ ਲੈ ਕੇ। ਡਾਕਟਰ ਸਾਹਿਬ, ਤੁਸੀਂ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਜਿਵੇਂ ਐਕਸੀਡੈਂਟ ਕੇਸ ਜਾਂ ਕੋਈ ਹੋਰ ਵੀ ਇਸ ਤਰ੍ਹਾਂ ਦਾਨ ਅੰਗ ਦਾਨ ਕਰਦੇ? ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਹੁਣ ਆਪਾਂ ਹਾਂ, ਵੀ ਸ਼ੁੱਡ ਪਲੈਜ ਟੂ ਡੋਨੇਟ ਅਵਰ ਆਰਗਨ, ਬਿਕੋਜ਼ ਵਨ ਲਾਈਫ ਕੈਨ ਸੇਵ ਫਰਦਰ 9 ਲਾਈਵਸ। ਥੈਂਕ ਯੂ ਸਰ। ਮਿੱਤਲ ਹੈ ਜੀ, ਮੈਂ ਇੱਥੇ ਐਜ਼ ਯੂਰੋਲੋਜਿਸਟ ਐਂਡ ਕਿਡਨੀ ਟ੍ਰਾਂਸਪਲਾਂਟ ਸਰਜਨ ਕੰਮ ਕਰ ਰਿਹਾ SPS ਹਸਪੀਟਲ ਦੇ ਵਿੱਚ ਜੀ। ਸੋ ਅੱਜ ਆਰਗਨ ਡੋਨੇਸ਼ਨ ਅਵੇਅਰਨੈਸ ਲਈ ਸਿਰਫ ਇੰਨਾ ਕਹਿਣਾ ਚਾਹੂੰਗਾ ਕਿ ਜੋ ਜਿਹੜੇ ਮਰੀਜ਼ ਦੇ ਕਿਡਨੀ ਦੋਨੋਂ ਡੈਮੇਜ ਹੋ ਗਈਆਂ ਨੇ, ਤਾਂ ਡਾਇਲਿਸਿਸ ਐਂਡ ਨਹੀਂ ਹੈ। ਡਾਇਲਿਸਿਸ ਤੋਂ ਬਾਅਦ ਆਪਣੇ ਕੋਲ ਕਿਡਨੀ ਟ੍ਰਾਂਸਪਲਾਂਟ ਦੀ ਇੱਕ ਆਪਸ਼ਨ ਹੈਗੀ ਹੈ। ਆਪਣੇ ਨੈਫਰੋਲੋਜਿਸਟ ਨੂੰ ਜ਼ਰੂਰ ਉਸ ਬਾਰੇ ਪੁੱਛੋ ਕਿ ਕਿਡਨੀ ਟ੍ਰਾਂਸਪਲਾਂਟ ਪੋਸੀਬਲ ਹੈ ਜਾਂ ਨਹੀਂ। ਦੈਟ ਵਿਲ ਬੀ ਏ ਅਦਰ ਵਰਥ ਫੋਰ ਦੈਟ ਪੇਸ਼ੈਂਟ। ਜੀ ਡਾਕਟਰ ਸਾਹਿਬ, ਕੋਈ ਜ਼ਿਆਦਾ ਖਤਰੇ ਵਾਲੀ ਜਾਣੀ ਕਿ ਆਪਰੇਸ਼ਨ ਦੌਰਾਨ ਕੋਈ ਇਹੋ ਜਿਹੀ ਕੋਈ ਗੱਲਬਾਤ ਤਾਂ ਨਹੀਂ ਹੋਈ? ਮੇਜਰ ਸਰਜਰੀ ਹੈ ਜੀ ਇਹ, ਪਰ ਇਸ ਕਿਡਨੀ ਟ੍ਰਾਂਸਪਲਾਂਟ ਦਾ ਜੋ ਸਕਸੈਸ ਰੇਟ ਹੈ ਅਰਾਊਂਡ 90-95% ਹੈਗਾ ਜੀ। ਤਾਂ ਇਹ ਬਹੁਤ ਹੀ ਇੱਕ ਅੱਛਾ ਫਿਗਰ ਹੈਗਾ ਜੀ। ਸਰ, ਤੁਹਾਡੇ ਕੋਲ ਆਮ ਤੌਰ 'ਤੇ ਮਰੀਜ਼ ਆਉਂਦੇ ਨੇ, ਕੀ ਕਾਰਨ ਕਿਡਨੀ ਡੈਮੇਜ ਹੁੰਦੀ ਹੈ? ਜੋ ਸਭ ਤੋਂ ਮੇਜਰ ਕਾਰਨ ਹੈ ਜੀ ਇਸ ਵੇਲੇ, ਉਹ ਹੈ ਡਾਇਬਟੀਜ਼, ਅਨਕੰਟਰੋਲ ਡਾਇਬਟੀਜ਼, ਜਾਂ ਮਰੀਜ਼ ਨੂੰ ਜਿਨ੍ਹਾਂ ਨੂੰ 30-40 ਸਾਲਾਂ ਤੋਂ ਸ਼ੂਗਰ ਦੀ ਬਿਮਾਰੀ ਚੱਲਦੀ ਹੈ, ਉਹਨਾਂ ਮਰੀਜ਼ਾਂ ਦੇ ਵਿੱਚ ਜ਼ਿਆਦਾਤਰ ਇਹ ਕਿਡਨੀ ਡੈਮੇਜ ਹੁੰਦਾ ਜੀ। ਜੀ ਦੂਸਰਾ ਹੈ ਹਾਈਪਰਟੈਂਸ਼ਨ, BP ਜਿਹੜਾ ਅਨਕੰਟਰੋਲ ਚੱਲਦਾ ਹੈ ਉਹਦੇ ਕਰਕੇ ਹੋ ਜਾਂਦਾ ਜੀ। ਮੇਜਰ ਇਹ ਦੋ ਰੀਜ਼ਨ ਹੀ ਨੇ ਜੀ ਕਿਡਨੀ ਡੈਮੇਜ ਹੋਣ ਦਾ। ਓਕੇ ਸਰ, ਥੈਂਕ ਯੂ। ਰਿੰਗ ਦੀ ਆਫਟਰ ਸਾਊਂਡ ਟ੍ਰਾਂਸਪਲਾਂਟੇਸ਼ਨ ਪ੍ਰੋਗਰਾਮ ਸਾਰੇ ਲਾਉਂਡ ਆ ਜੀ। ਅੱਜ ਤੁਸੀਂ ਅਵੇਅਰਨੈਸ ਕੰਪੇਨ ਡਰਾਈਵ ਚਲਾਈ ਹੈ, ਉਸ ਬਾਰੇ ਕੀ ਕਹਿਣਾ? We are already doing this procedure. We have the transplant program already going on and we will be continuing that. ਨਹੀਂ, ਤੁਸੀਂ ਜਿਵੇਂ ਹੁਣ ਲੋਕਾਂ 'ਚ ਮਿੱਥ ਹੈਗਾ, ਤੁਸੀਂ ਮਿੱਥ ਤੋੜਨਾ ਚਾਹੁੰਦੇ ਹੋ ਕਿ ਆਮ ਤੌਰ 'ਤੇ ਕਿੰਨਾ ਕੁ ਜ਼ਰੂਰੀ ਹੈ? ਖਾਸ ਕਰਕੇ ਕੋਈ ਕੇਸ ਵੀ ਅਸੀਂ ਨੇ ਪੁੱਛ, ਹਰੇਕ ਬੰਦੇ 'ਚ ਗੁਰਦਾਰ ਆਪਣੇ ਫਾਲਤੂ ਲਾਇਆ ਹੈ, ਦੈਟ ਵਨ ਕੈਨ ਲਿਵ ਵਿਦ ਵਨ ਕਿਡਨੀ, ਸੋ ਵਨ ਕਿਡਨੀ ਕੈਨ ਬੀ ਗਿਵਨ ਟੂ ਅਦਰ ਪਰਸਨ ਜੀ। ਕੈਨ ਬੀ ਦੈਟ ਗਿਵਸ ਏ ਲਾਈਫ ਟੂ ਦੀ ਨਿਊ ਪਰਸਨ, ਅਦਰ ਪਰਸਨ, ਐਂਡ ਹਿਸ ਕਿਡਨੀ, ਵਨ ਕਿਡਨੀ ਵਿਚ ਇਜ਼ ਲੈਫਟ ਇਜ਼ ਸਫੀਸ਼ੀਐਂਟ ਟੂ ਟੇਕ ਹਿਮ ਟੂ ਮੋਰ ਦੈਨ 100 ਈਅਰਸ। ਆਮ ਤੌਰ 'ਤੇ ਕਿਹੜਾ ਕਿਹੜਾ ਜਿਹੜਾ ਗੁਰਦਾ ਲੱਗਦਾ ਹੈ ਤੁਸੀਂ? ਗੁਰਦਾ ਤਾਂ ਕੋਈ ਵੀ ਲੱਗ ਸਕਦਾ, ਰਾਈਟ ਔਰ ਲੈਫਟ, ਡਿਪੈਂਡਿੰਗ ਅਪਨ ਦਾ ਬਲੱਡ ਫਲੋ ਕਿਹਦੇ ਜ਼ਿਆਦਾ। ਜਿਹਦੇ ਦੋ ਵੈਸਲ ਹੈ ਉਹਨੂੰ ਅਸੀਂ ਅਵੋਇਡ ਕਰਦੇ ਹਾਂ, ਜਿਹਦੇ 'ਚ ਸਿੰਗਲ ਵੈਸਲ ਹੈ ਉਹਨੂੰ ਅਸੀਂ ਪ੍ਰੈਫਰ ਕਰਦੇ ਹਾਂ। ਓਕੇ ਸਰ। ਹਾਂਜੀ, ਮੈਂ ਡਾਕਟਰ RS ਭਾਟੀਆ, ਨਿਊਰੋ ਫਿਜ਼ੀਸ਼ੀਅਨ, ਇੱਥੇ SPS ਹਸਪੀਟਲ ਦੇ ਵਿੱਚ ਆਏ ਹਾਂ ਅਸੀਂ। ਅਸੀਂ ਜ਼ਿਆਦਾ ਬ੍ਰੇਨ ਦੀ ਬਿਮਾਰੀਆਂ ਨੂੰ ਡੀਲ ਕਰਦੇ ਹਾਂ। ਬਹੁਤ ਵਾਰੀ ਅਸੀਂ ਦੇਖਿਆ ਕਿ ਵੀ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਹੈਡ ਇੰਜਰੀ ਤੋਂ ਬਾਅਦ, ਜਾਂ ਵੱਡੇ ਸਟ੍ਰੋਕਸ ਤੋਂ ਬਾਅਦ, ਜਾਂ ਕੁਝ ਹੋਰ ਬਿਮਾਰੀਆਂ ਨੇ ਜਿਹਦੇ ਵਿੱਚ ਕਿ ਬੰਦਾ ਬ੍ਰੇਨ ਡੈਡ ਡਿਕਲੇਅਰ ਹੋ ਜਾਂਦਾ। ਬ੍ਰੇਨ ਡੈਡ ਦਾ ਮਤਲਬ ਕਿ ਉਹਦਾ ਹਾਰਟ ਚੱਲ ਰਿਹਾ, ਬੰਦਾ ਲਾਈਵ ਹੈ, ਬਟ ਬ੍ਰੇਨ ਉਹਦਾ ਦੇ ਵਿੱਚ ਬਲੱਡ ਸਪਲਾਈ ਨਹੀਂ ਚੱਲ ਰਹੀ। ਸੋ ਉਸ ਬੰਦੇ ਦੀ ਲਾਈਫ ਜਿਹੜੀ ਹੈ ਉਹ ਨੀਅਰ ਟੂ 0% ਚਾਂਸ ਹੈ ਰਿਕਵਰੀ ਦੇ। ਉਸ ਸੂਰਤ ਦੇ ਵਿੱਚ ਜੇ ਅਸੀਂ ਡੋਨੇਟ ਕਰੀਏ ਆਪਣੇ ਆਰਗਨਸ, ਤਾਂ ਬਹੁਤ ਸਾਰੀਆਂ ਲਾਈਵਸ, ਜਿੱਦਾਂ ਡਾਕਟਰ ਪੁਨੀਤ ਨੇ ਕਿਹਾ, ਅਸੀਂ ਬਚਾ ਸਕਦੇ ਹਾਂ। ਪਰ ਉਹ ਆਰਗਨਸ ਜੇ ਫੈਮਲੀ ਪਲੈਜ ਕਰੇ, ਫੈਮਲੀ 'ਚ ਅਵੇਅਰਨੈਸ ਹੋਏ, ਉਹ ਤਾਂ ਹੀ ਪੋਸੀਬਲ ਹੈ। ਤੁਸੀਂ ਸੁਣਿਆ ਹੋਣਾ ਇੰਡੀਆ 'ਚ ਵੀ 2-3 ਹਾਰਟ ਟ੍ਰਾਂਸਪਲਾਂਟ ਹੋਏ, ਉਹ ਇਸੇ ਤਰ੍ਹਾਂ ਹੀ ਹੋਏ ਆ। ਜਿਹੜੇ ਬ੍ਰੇਨ ਡੈਡ ਪੇਸ਼ੈਂਟ ਸੀ, ਫੈਮਲੀਜ਼ ਕੋਆਪਰੇਟਿਵ ਸੀਗੀਆਂ, ਔਰ ਉਹਨਾਂ ਨੇ ਡੋਨੇਟ ਕਰਤਾ, ਔਰ ਇੱਕ ਲਿਵਿੰਗ ਪਰਸਨ ਨੂੰ
ਉਹਨੂੰ ਇੱਕ ਨਵਾਂ ਜੀਵਨ ਮਿਲ ਜਾਂਦਾ ਅਦਰਵਾਈਜ਼ ਜਾਂ ਕਿਡਨੀ ਵਾਲੇ ਬੰਦੇ ਨੂੰ ਨਵਾਂ ਜੀਵਨ ਮਿਲ ਜਾਂਦਾ ਡਾਇਲਿਸਿਸ ਤੋਂ ਮੁਕਤ ਹੋ ਜਾਂਦਾ ਸੋ ਬੜਾ ਫਾਇਦਾ।